ਮਸ਼ਹੂਰ ਦੁਸਹਿਰਾ ਮੇਲਾ ਚੋਹਲਾ ਸਾਹਿਬ ਦਾ ਜੀ ਸਿੰਘਾ ਪ੍ਰੈਸ ਨਿਊਜ਼ ਸੰਚਾਲਕ ਜਸਤੁਨਾ ਵਾਲਾ ਸਰਦਾਰ ਸਰਵਣ ਸਿੰਘ ਸਰਬਜੀਤ ਸਿੰਘ ਅਤੇ ਗੋਬਿੰਦ ਸਿੰਘ ਮਾਨ ਸਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਜ਼ਿਲ੍ਹਾ ਤਰਨ ਤਾਰਨ ਚ ਪੈਂਦੇ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹ ਇੱਥੇ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਮਸ਼ਹੂਰ ਸਾਲਾਨਾ ਦੁਸਹਿਰਾ ਮੇਲਾ ਮਿਤੀ 24 ਅਕਤੂਬਰ 2023 ਦਿਨ ਮੰਗਲਵਾਰ 8 ਕੱਤਕ ਨੂੰ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਿਸ ਵਿੱਚ ਬਹੁਤ ਵੱਡੇ ਪੱਧਰ 'ਤੇ ਕਬੱਡੀ ਮੈਚ ਹੋਣਗੇ। ਸਰਦਾਰ ਮਨਜਿੰਦਰ ਸਿੰਘ ਲਾਲਪੁਰਾ MLA ਹਲਕਾ ਖਡੂਰ ਸਾਹਿਬ ਮੁੱਖ ਮਹਿਮਾਨ ਵਜੋਂ ਕਬੱਡੀ ਦਾ ਆਗਾਜ਼ ਕਰਨਗੇ। ਸ਼ਾਮ ਨੂੰ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਜਾਵੇਗਾ। ਇਹ ਦੁਸਹਿਰਾ ਮੇਲਾ ਚੋਹਲਾ ਸਾਹਿਬ ਸੋਮੇ ਸ਼ਾਹ ਸ਼ੋਅਰੂਮ ਦੇ ਮਾਲਕ ਤਰਸੇਮ ਨਈਅਰ ਅਤੇ ਤਰਨ ਜੋਸ਼ੀ ਆੜਤੀਆ ਚੋਹਲਾ ਸਾਹਿਬ ਅਤੇ ਸਮੂਹ ਚੋਹਲਾ ਸਾਹਿਬ ਸੰਗਤਾਂ ਦੇ ਸਹਿਯੋਗ ਸਦਕਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਨਗਰ ਨਿਵਾਸੀ, ਇਲਾਕਾ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ NRI ਸੰਗਤਾਂ ਨੂੰ ਬੇਨਤੀ ਹੈ, ਬੁਰਾਈ ਤੇ ਸੱਚਾਈ ਦੀ ਜਿੱਤ ਦੁਸਹਿਰੇ ਮੇਲੇ ਵਿੱਚ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਵਧਾਓ ਅਤੇ ਤਨ ਮਨ ਧਨ ਨਾਲ ਸਹਿਯੋਗ ਕਰਕੇ ਲਾਹਾ ਖੱਟੋ। ਦੱਸ ਰਹਿਣ ਸੋਮੇ ਸ਼ਾਹ ਸ਼ੋਅਰੂਮ ਦੇ ਮਾਲਕ ਤਰਸੇਮ ਨਈਅਰ ਚੋਹਲਾ ਸਾਹਿਬ, ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ। ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ, ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ, ਗੋਬਿੰਦ ਸਿੰਘ ਮਾਨ ਸਰਿਹਾਲੀ ਕਲਾਂ। ਤਰਸੇਮ ਨੀਅਰ, ਜਿਵੇਂ ਪੱਤਰਕਾਰ ਜਸਵੀਰ ਸਿੰਘ ਚੋਹਲਾ ਸਾਹਿਬ, ਆਪ ਜੀ ਜੋ ਦੁਸਹਿਰਾ ਮੇਲਾ ਮਨਾਉਂਦੇ ਹਰ ਸਾਲ, ਐਰਕੀ ਸਾਲ ਮਨਾਉਣ ਸੰਬੰਧੀ ਸੰਗਤਾਂ ਨੂੰ, ਚੋਹਲਾ ਸਾਹਿਬ ਦੀ ਸੰਗਤਾਂ ਨੂੰ, ਇਲਾਕਾ ਨਿਵਾਸੀ ਸੰਗਤਾਂ ਨੂੰ ਕੋਈ ਸੁਝਾਅ ਦੇਣਾ ਚਾਹੋਗੇ? ਨਗਰ ਵਾਸੀ ਚੋਹਲਾ ਸਾਹਿਬ ਅਤੇ ਇਲਾਕੇ ਦੀ ਸੂਹ ਸਾਧ ਸੰਗਤ ਨੂੰ ਇਹ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ। ਚੋਹਲਾ ਸਾਹਿਬ ਦਾ ਦੁਸਹਿਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਅਕਤੂਬਰ ਨੂੰ ਬੜੀ ਧੂਮਧਾਮ ਨਾਲ ਸ਼੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿੱਚ ਬੜੀ ਅਤੇ ਸੁੰਦਰ ਅਤਿਸ਼ਬਾਜ਼ੀ ਅਤੇ ਕਬੱਡੀ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਹ ਜਿਹੜਾ ਤਿਉਹਾਰ ਹੈ, ਬੁਰਾਈ ਅਤੇ ਚੰਗਿਆਈ ਦੀ ਜਿੱਤ ਅਤੇ ਆਪਸ ਦੇ ਵਿੱਚ ਭਾਈਚਾਰੇ ਦੇ ਸਾਂਝ ਨਾਲ ਰਹਿਣ ਲਈ ਪ੍ਰੇਰਿਤ ਕਰਦਾ ਹੈ। ਤਰਸੇਮ ਨਈਅਰ ਜੀ, ਆਪ ਜੀ ਦੁਸਹਿਰੇ ਮੇਲੇ 'ਚ ਹਰ ਵਾਰ ਹੀ, ਹਰ ਸਾਲ ਹੀ ਮੁੱਖ ਮਹਿਮਾਨ ਸੱਦਦੇ ਜੋ, ਐਰਕੀ ਕਿਹੜਾ ਮੁੱਖ ਮਹਿਮਾਨ ਸੱਦ ਰਹੇ ਜੋ? ਇਸ ਵਾਰ ਜੀ ਹਲਕਾ ਖਡੂਰ ਸਾਹਿਬ ਦੇ ਹਰਮਨ ਪਿਆਰੇ ਨੇਤਾ MLA ਮਨਜਿੰਦਰ ਸਿੰਘ ਜੀ ਲਾਲਪੁਰਾ ਮੁੱਖ ਮਹਿਮਾਨ ਵਜੋਂ ਸਾਡੇ ਮਹਿਮਾਨ ਹੋਣਗੇ ਅਤੇ ਕਬੱਡੀ ਦਾ ਉਦਘਾਟਨੀ ਮੈਚ ਉਹ ਆਪਣੇ ਘਰ ਕਮਲਾਂ ਨਾਲ ਕਰਾਉਣਗੇ। ਆਪ ਜੀ ਦੇ ਕਹਿਣ ਦਾ ਭਾਵ, ਤਰਸੇਮ ਨਈਅਰ ਜੀ, ਆਪ ਜੀ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਮੇਲਾ ਮਨਾਉਂਦੇ, ਐਰਕੀ ਵੀ ਬੜੇ ਵੱਡੇ ਪੱਧਰ 'ਤੇ ਮਨਾ ਰਹੇ ਜੋ, ਜਿਸ ਵਿੱਚ ਮੁੱਖ ਮਹਿਮਾਨ ਸਾਡੇ ਇਲਾਕੇ ਦੇ MLA ਸਾਹਿਬ ਪਹੁੰਚਣਗੇ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਸੱਦਾ ਪੱਤਰ ਦੇਣਾ ਚਾਹੁੰਦੇ ਜੋ, ਹੁਮ ਹੁਮ ਆ ਕੇ ਦੁਸਹਿਰੇ ਮੇਲੇ 'ਚ ਪਹੁੰਚੋ, ਬੁਰਾਈ ਨੂੰ ਦੂਰ ਕਰਕੇ ਅੱਛਾਈ ਨੂੰ ਫੈਲਾਇਆ ਜਾਏ ਸਮਾਜ ਵਿੱਚ, ਆਪ ਜੀ ਇਹੀ ਕਹਿਣਾ ਚਾਹੁੰਦੇ ਜੋ? ਹੋ ਜੀ, ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਹੱਥ ਜੋੜ ਕੇ ਇਸ ਤਿਉਹਾਰ ਦੇ ਉੱਤੇ ਆਉਣ ਲਈ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਹੁਮ ਹੁਮ ਆ ਕੇ ਪਹੁੰਚੋ ਅਤੇ ਮੇਲੇ ਦੀਆਂ ਰੌਣਕਾਂ ਵਧਾਓ। ਇਹ ਜਿਹੜਾ ਤਿਉਹਾਰ ਹੈ, ਇਹ ਸਾਰਿਆਂ ਦਾ ਸਾਂਝਾ ਹੈ, ਬੁਰਾਈ ਅਤੇ ਚੰਗਿਆਈ ਦੀ ਜਿੱਤ ਅਤੇ ਨਸ਼ਿਆਂ ਤੋਂ ਨੌਜਵਾਨ ਦੂਰ ਰਹਿਣ, ਇਸ ਮੇਲੇ ਦਾ ਮਕਸਦ ਕਰਾਉਣਾ ਜ਼ਰੂਰੀ ਨਹੀਂ ਆ ਕਿ ਵੀ ਇਹ ਹਿੰਦੂਆਂ ਦਾ ਤਿਉਹਾਰ ਆ। ਸਾਡੇ ਇਲਾਕੇ ਦੇ ਵਿੱਚ ਹਰ ਭੈਣ ਭਰਾ ਸਾਡਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦਾ ਵਾ, ਔਰ ਇੱਥੇ ਬੜੀ ਬੜੀ ਦੂਰ ਦੁਰਾਡੇ ਤੋਂ ਲੋਕ ਆ ਕੇ ਪਿਛਲੇ 25-30 ਸਾਲ ਤੋਂ ਆ ਕੇ ਦੁਸਹਿਰੇ ਦੀਆਂ ਰੌਣਕਾਂ ਵਧਾਉਂਦੇ ਨੇ। ਕਬੱਡੀ ਕਰਾਉਣ ਦਾ ਮਕਸਦ ਆ ਕਿ ਨੌਜਵਾਨ ਪੀੜ੍ਹੀ ਸਾਡੀ ਜੋ ਨਸ਼ੇ ਦੇ ਵਿੱਚ ਬਹੁਤ ਗ੍ਰਿਫਤ ਹੋ ਰਹੀ ਆ, ਉਹ ਨਸ਼ਾ ਛੱਡਣ ਅਤੇ ਗਰਾਊਂਡਾਂ ਵੱਲ ਧਿਆਨ ਕਰਨ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਆਖਰੀ ਬੇਨਤੀ ਆਪ ਜੀ ਜੋ ਕੀਤੀ ਹੈ ਕਿ ਜੋ ਨੌਜਵਾਨ ਸਾਡੇ ਇਲਾਕੇ ਦੇ ਨੇ, ਨਸ਼ੇ ਛੱਡਣ, ਬੁਰਾਈਆਂ ਛੱਡਣ, ਗੁੰਡਾਗਰਦੀ ਛੱਡਣ ਅਤੇ ਚੰਗੇ ਕੰਮਾਂ ਵੱਲ ਆ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਅੱਛਾ ਜੀ, ਤਰਸੇਮ ਨਈਅਰ ਜੀ, ਮੈਂ ਪੱਤਰਕਾਰ ਜਿਸ ਵਿੱਚ ਚੱਲਦਾ ਹਾਂ, ਸਮਾਂ ਮਿਲਿਆ ਆਪਣੇ ਦਰਸ਼ਨਾਂ ਫਿਰ ਆਉਂਦਾ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
जी सिंघा टीम अते जस तुन्नावाला वालों आवाजाई लोगों लई खास मैसेज, ट्रैफिक नियमों नूं अपनाओ, सड़क आवाजाई लोक भलाई विच वाधा पाओ, अपने वाहन की स्पीड नूं निरंतर विच रखो, क्योंकि सड़क ते आवाजाई लोग साढ़े अपने हन, कर भला सो हो भला, अंत भले दा भला। प्यारे दर्शको, जी सिंघा टीवी चैनल तुहाडा अपना चैनल है, इस नूं लाइक कमेंट शेयर करो, जेकर तुसी चैनल ते नवें हो तो इस नूं सबसक्राइब करो, बैल आइकन दबाना ना भुलो ताकि हर आने वाली वीडियो आप जी तक सब तो पहला पहुँच सके। अपने पिंड या शहर का कोई भी प्रोग्राम फुल HD लाइव करवाने संबंधी अपने कारोबार की एड मशहूरी करवाने संबंधी संपर्क नंबर 98726 3593 97793 1462।